ਤੁਸੀਂ ਫੋਟੋਗ੍ਰਾਫੀ ਦੇ ਨਾਲ-ਨਾਲ ਹੋਰ ਕੀ ਸ਼ੌਂਕ ਨੇ ਬਈ ਤੁਹਾਨੂੰ ਅਸਲ 'ਚ ਕੀ ਮੈਂ ਸੌਫਟ ਇੰਜੀਨੀਅਰ ਆ ਓਕੇ 22 ਸਟੱਡੀਜ਼ ਤਾਂ ਪੂਨੇ ਮੈਂ ਪੜਦਾ ਸੀਗਾ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾਂਦੇ ਆ ਤਾਂ ਤੁਹਾਨੂੰ ਇੱਕ ਮੂਹ ਪਿਆਰ ਜਾਗ ਜਾਂਦਾ ਹੈ ਨਾ ਪੰਜਾਬ ਦਾ ਹਾਂ ਮਤਲਬ ਜੇ ਤੁਸੀਂ ਆਪਣੀ ਜ਼ਮੀਨ ਤੋਂ ਜਿੱਥੇ ਰਹੇ ਹੋ ਨੇ ਫਿਰ ਤੁਹਾਨੂੰ ਜਦੋਂ ਕਿਤੇ ਦੂਰ ਜਾਓਗੇ ਫੋਰ ਸ਼ੋਰ ਆ ਉਹ ਤੁਹਾਨੂੰ ਐ ਲੱਗਦਾ ਯਾਰ ਕਿਤੇ ਹੋਰ ਆ ਗਿਆ ਆਪਾਂ ਨਾ ਫਿਰ ਉੱਥੇ ਪੜਦੇ ਪੜਦੇ ਸੀਗਾ ਉਦੋਂ ਇਕਨੋਮਿਕਸ ਲੋਡਾਉਨ ਸੀਗਾ 2007-08 ਚ ਮੈਂ ਬਜ਼ੁਰਗੀਆਂ ਵੈਸੇ ਤੁਹਾਨੂੰ ਜਿੱਦਾਂ ਤੁਸੀਂ ਕਿਹਾ ਮੈਂ ਬਜ਼ੁਰਗੀਆਂ ਜਿੱਦਾਂ ਵਿੱਚ ਗੱਲ ਟੁਕਦਾ ਮੈਨੂੰ ਬਹੁਤ ਪੰਜਾਬੀ ਕਲਾਕਾਰ ਜਿਹੜੇ ਮੁੰਡੇ ਨੇ ਆ ਅੱਜਕੱਲ ਉਹ ਮਿਲਦੇ ਨਹੀਂ ਤਾਂ ਮੈਨੂੰ ਕਹਿੰਦੇ ਨੇ ਪਾਜੀ ਜਦੋਂ ਅਸੀਂ ਛੋਟੇ ਜਿਹੇ ਹੁੰਦੇ ਸੀ ਨਾ 7ਵੀਂ 8ਵੀਂ ਪੜਦੇ ਸੀਗੇ ਉਦੋਂ ਤੁਹਾਡੀਆਂ ਫੋਟੋਆਂ ਮੈਂ ਦੇਖਦੇ ਸੀ ਮੈਂ ਕਹਿਆ ਰਾਹ ਤੇ ਤੁਹਾਡੇ ਕੰਡਾ ਮਤਲਬ ਕੀ ਆ ਤਾਂ 40 ਦਾ ਹੋ ਗਿਆ ਮੈਂ ਮਤਲਬ 40ਵੇਂ ਚ ਚਲ ਜਾਣਾ ਹੈ 6 ਦਸੰਬਰ ਨੂੰ ਮੈਂ ਤਾਂ ਉਦੋਂ ਮੈਂ ਇੱਕ ਕਵਿਤਾ ਜਦੋਂ ਦੂਰ ਜਾਂਦੇ ਮੈਂ ਕਵਿਤਾ ਜੀ ਲਿਖੀ ਸੀ ਕਿਸਾਨ ਦੀ ਕਿ ਮੈਂ ਕਿਸਾਨ ਹਾਂ ਮਿੱਟੀ ਹੋ ਜਾਣਾ ਪਤਾ ਨਹੀਂ ਕੀ ਮੈਨੂੰ ਤਾਂ ਕਵਿਤਾ ਜੀ ਲੱਗੀ ਮੈਨੂੰ ਲੱਗਾ ਮੈਂ ਕਵਿਤਾ ਲਿਖ ਦਿੱਤੀ ਪਰ ਉਹ ਬਹੁਤ ਨੈਸ਼ਨਲ ਲੈਵਲ ਤੇ ਥੋੜੀ ਚੱਲੀ ਸੀ ਨਹੀਂ ਫਿਰ ਉਦੋਂ ਮੈਂ ਕਵਿਤਾ ਜਦੋਂ ਲਿਖੀ ਤਾਂ ਉਤੇ ਵਿੱਚ ਮੈਂ ਆਨਲਾਈਨ ਲਿਖਦਾ ਸੀ ਫਾਰਮਰ ਦੇ ਉੱਪਰ ਤੇ ਮੈਨੂੰ ਇੱਕ ਕਵਿਤਾ ਲੱਭੀ ਆਈ ਐਮ ਓਨਲੀ ਅ ਫਾਰਮਰ ਉਹ ਕਵਿਤਾ ਵਿੱਚ ਜੋ ਵੀ ਇੱਕ ਇਨਸਾਨ ਕਿਤੇ ਕਰਦਾ ਸਾਰੇ ਉਹਨੂੰ ਦਿੱਸੇ ਹੋਇਆ ਮੈਂ ਆਮ ਓਨਲੀ ਅ ਫਾਰਮਰ ਆਈ ਨੋ ਸਨ ਬੈਟਰ ਦੈਨ ਐਨੀਮਨ ਐਂਡ ਮੈਂ ਡਾਕਟਰ ਆਮ ਹਸਬੰਡ ਆਫ ਵਾਈਫ ਫਾਦਰ ਆਫ ਚਿਲड्रन ਸਟਾਕ ਸਟੈਂਡਿਸਟ ਮਤਲਬ ਜੋ ਬੰਦਾ ਇਨਸਾਨ ਕਰਦਾ ਉਹ ਫਾਰਮਰ ਨੂੰ ਦੱਸੋ ਬੜੀ ਪਿਆਰੀ ਕਵਤਾ ਹੈ ਤੁਸੀਂ ਵੀ ਦੇਖਿਓ ਆਮ ਓਨਲੀ ਅ ਫਾਰਮਰ ਲਿਖੋ ਤੁਹਾਨੂੰ ਕਵਤਾ ਮਿਲ ਜੂਗੀ ਹੁਣ ਮੈਨੂੰ ਕੋਈ ਪੁੱਛਦਾ ਵੀ ਇਹ ਕਿਦੀ ਆ ਮੈਂ ਕਹਾਂ ਮੇਰੀ ਆ ਕਿਉਂਕਿ ਉਹਦੇ ਥੱਲੇ ਰਾਈਟਰ ਅਨੋਨਿਮਸ ਆ ਓਕੇ ਤਾਂ ਉਹ ਵਧੀਆ ਲੱਗੀ ਮੈਨੂੰ ਫੈਸੀਨੇਟ ਕਰਦੀ ਫਿਰ ਉਹ ਉੱਥੋਂ ਮੈਂ ਫਾਰਮਰ ਕਰ ਲਿਆ ਆਪਣਾ ਥੱਲੇ ਲਿਖਤਾ ਕਣਕ ਦੇ ਸਿੱਟੇ ਆ ਮੇਰਾ ਜਨਮ ਦਸੰਬਰ ਚ ਹੋਇਆ ਤਾਂ ਕਰਕੇ ਮੈਨੂੰ ਕਣਕ ਕਣਕ ਵੀ ਮੈਨੂੰ ਐ ਲੱਗਦਾ ਕਿ ਜਿਹੜੀ ਕਣਕ ਆ ਉਹ ਸਿਨੇਮੇ ਤੇ ਸਭ ਤੋਂ ਸੋਹਣੀ ਚੀਜ਼ ਲੱਗਦੀ ਫਸਲਾਂ ਵਿੱਚ ਮੈਨੂੰ ਪਤਾ ਨਹੀਂ ਸਭ ਤੋਂ ਵੱਧ ਫੈਸੀਨੇਟਿੰਗ ਕਣਕ ਲੱਗਦੀ ਸਕਰੀਨ ਤੇ ਜੀ ਜਦੋਂ ਮੈਂ ਸ਼ੂਟ ਕਰਦਾ ਤਾਂ ਕਣਕ ਦੇ ਲੋਗੋ ਕਣਕ ਦਾ ਫਾਰਮਰ ਸੋਈਂਦਾ ਸੀਡਸ ਆਫ ਟੁਮਾਰੂ ਫਿਰ ਉਸ ਤੋਂ ਬਾਅਦ ਮੈਂ 2007-8 ਇਕਨੋਮਿਕਸ ਲੋ ਡਾਊਨ ਸੀਗਾ ਤੇ ਜੌਬ ਮੈਨੂੰ ਮਿਲੀ ਨਹੀਂ ਜਦੋਂ ਮੈਂ ਕਿਸੇ ਕੰਪਨੀ ਨੂੰ ਕਹਿੰਦਾ ਸੀਗਾ ਭਾਈ ਮੈਂ ਫਰੈਸ਼ਰ ਆ ਉਹ ਕਹਿੰਦੇ ਨਹੀਂ ਅਸੀਂ ਨਹੀਂ ਰੱਖ ਸਕਦੇ ਸਾਨੂੰ ਐਕਸਪੀਰੀਅੰਸ ਵਾਲਾ ਉਹ ਮੇਰੀ ਪ੍ਰੋਫਾਈਲ ਵੇਖ ਕੇ ਮੈਨੂੰ ਕਾਲ ਤਾਂ ਆਉਂਦੀ ਸੀ ਬਟ ਉਹ ਨਹੀਂ ਸੀ ਹਨਾ ਫਿਰ ਮੈਂ ਪੰਜਾਬ ਆ ਗਿਆ ਇੱਥੇ ਮੇਰੇ ਹੱਥ ਕੈਮਰਾ ਲੱਗ ਗਿਆ ਫਿਰ ਮੈਂ ਫੋਟੋਆਂ ਖਿੱਚਦਾ ਖਿੱਚਦਾ ਇੱਧਰ ਆ ਗਿਆ ਤੇ ਹੋਰ ਫੋਟੋਆਂ ਵੀ ਮੈਨੂੰ ਇਦਾਂ ਨਹੀਂ ਖਿੱਚਣੀਆਂ ਮੈਨੂੰ ਕਿਸੇ ਨੇ ਰੂਲਸ ਨਹੀਂ ਸਿਖਾਏ ਹੈਗੇ ਮੈਂ ਜਦੋਂ ਪੂਨੇ ਗਿਆ ਮੈਂ ਪਿੰਟ ਪੜ੍ਹਦੀ ਸੀ ਆਪਾਂ ਸਾਨੂੰ 19 ਗ੍ਰੇਮ ਇੰਗਲਿਸ਼ ਆਉਂਦੀ ਜਿੰਨੀ ਚਾਹੀਦੀ ਆ ਮਤਲਬ ਰਾਈਟਿੰਗ ਤੇ ਰੀਡਿੰਗ ਸਾਡੀ ਹੁੰਦੀ ਆ ਸਪੀਕਿੰਗ ਤਾਂ ਹੀ ਨਹੀਂ ਸਾਡੀ ਕਿਤੇ ਵੀ ਤੇ ਜਦੋਂ ਉੱਥੇ ਗਿਆ ਜਦੋਂ ਅਸੀਂ ਬੋਲਦੇ ਸੀਗੇ ਪਹਿਲਾਂ ਅਸੀਂ ਦਿਮਾਗ 'ਚ ਟ੍ਰਾਂਸਲੇਟ ਕਰਦੇ ਆ ਅੱਛਾ ਇਹਦਾ ਮਤਲਬ ਆਇਆ ਉੱਥੇ ਹੀ ਉਹ ਗੈਪ ਆ ਜਾਂਦਾ ਤੇ ਫੰਬਲ ਵੱਜ ਜਾਂਦੀ ਸੀਗੀ ਫਿਰ ਇੱਕ ਮੇਰਾ ਦੋਸਤ ਸੀਗਾ ਉੱਥੇ ਉਹ ਮੇਰੇ ਤੋਂ ਸੀਨੀਅਰ ਸੀਗਾ ਐਮਬੀਏ ਕਰਦਾ ਤੇ ਉਹ ਮੈਨੂੰ ਕਹਿੰਦਾ ਕਿ ਤੂੰ ਇੰਗਲਿਸ਼ ਫਿਲਮਾਂ ਲਾ ਕੇ ਦੇਖਿਆ ਕਰ ਸਬਟਾਈਟਲ ਹੂੰ ਤੇ ਮੈਂ ਐਡਿਕਟਡ ਹੋ ਗਿਆ ਅੱਜ ਵੀ ਮੈਂ ਐਡਿਕਟਡ ਆ ਫਿਲਮਾਂ ਦੇਖਣ ਨੂੰ ਉਹ ਕਿਤੇ ਨਾ ਕਿਤੇ ਸਬਕੌਨਸ਼ੀਅਸ ਮਾਈਂਡ ਚ ਕਿਉਂਕਿ ਜਿਹੜੀ ਇੰਗਲਿਸ਼ ਫਿਲਮ ਆ ਉਹ ਹਾਈ ਐਂਡ ਸਿੰਟੋਗ੍ਰਾਫੀ ਆ ਹਨਾ ਉਹਦੇ ਵਿੱਚ ਪਰਫੈਕਸ਼ਨ ਹੈ ਉਹਨਾਂ ਦੀ ਤੇ ਉਹਨਾਂ ਦਾ ਕਿਤੇ ਵੀ ਤੁਸੀਂ ਫਿਲਮ ਦੇਖਦੇ ਹੋ ਕਿਤੇ ਵੀ ਪੌਜ਼ ਮਰੋ ਤਾਂ ਮੈਨੂੰ ਲੱਗੂਗਾ ਕਿ ਕੋਈ ਕੋਈ ਪੇਂਟਿੰਗ ਟਾਈਪ ਆ ਉਹਨਾਂ ਸਾਰਿਆਂ ਦਾ ਉਹ ਐਨੇ ਆ ਕਿ ਫਿਲਮਾਂ ਵੇਖੀਆਂ ਜਦੋਂ ਮੈਂ ਕੈਮਰਾ ਹੱਥ ਲੱਗਾ ਫੋਟੋਆਂ ਖਿੱਚਦਾ 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 ਇੱਧਰ ਆ ਗਿਆ ਮੈਂ ਹੂੰ ਜਦੋਂ ਇਦਾਂ ਟਰੈਵਲ ਆ ਗਿਆ ਮੈਂ ਫੋਟੋਗ੍ਰਾਫੀ ਮੇਰਾ ਪੈਸ਼ਨ ਹੈ ਇੱਕ ਤਰ੍ਹਾਂ ਦਾ ਫੋਟੋਗ੍ਰਾਫੀ ਤੋਂ ਐਕਟਰ ਤੁਸੀਂ ਹੁਣ ਫਿਲਮ ਕੀਤੀ ਰਜ਼ਾਈ ਮੈਂ ਜਦੋਂ ਫੋਟੋਗ੍ਰਾਫੀ ਕਰਦਾ ਸੀ ਫਿਰ ਮੈਨੂੰ ਲੱਗਾ ਕਿ ਮੈਂ ਵੀਡੀਓ ਸ਼ੂਟ ਕਰਨ ਲੱਪਾਂ ਫਿਰ ਮੈਂ ਵੀਡੀਓਜ਼ ਬਣਾਉਂਦਾ ਸੀ ਪਹਿਲਾਂ ਵਿੱਚ ਵੀਡੀਓ ਗਾਣਿਆਂ ਦੀ ਵੀਡੀਓਜ਼ ਵੀ ਹਾਂਜੀ ਗਾਣਿਆਂ ਦੀ 뮤ਜ਼ਿਕ ਮੇਰਾ ਬ੍ਰੈਡ ਐਂਡ ਬਟਰ ਰਿਆ ਕਾਈਂਡ ਆਫ ਤਾਂ ਵੀਡੀਓ ਕਿ ਮੈਂ ਇਹਨੂੰ ਆਪਣੀ ਜਿਹੜੀ ਥੌਟਸ ਆ ਮੈਂ ਉਹਨਾਂ ਨੂੰ ਫਿਲਮਿੰਗ 'ਚ ਵੀ ਕਰ ਦਵਾਂ ਪਹਿਲਾਂ ਤਾਂ ਸਟਿਲ ਖਿੱਚਦਾ ਸੀ ਫਿਰ ਸ਼ੂਟ ਕਰ ਲਈ ਜਿਵੇਂ ਮੈਂ ਫੋਟੋ ਖਿੱਚਦਾ ਸੀ ਫਿਰ ਮੈਂ ਵੀਡੀਓ ਸ਼ੂਟ ਕਰਨ ਲੱਪਿਆ ਹੌਲੀ ਹੌਲੀ ਫਿਰ ਦੇਖ ਦੇ ਦੇ ਮੈਨੂੰ ਰੱਬ ਨੇ ਸ਼ਕਲ ਦਿੱਤੀ ਹੋਈ ਕਿ ਮੈਨੂੰ ਇੱਕ ਮੇਰੇ ਮਿੱਤਰ ਕਹਿੰਦੇ ਉਹ ਵੀ ਵਰਤਲਾ ਹਨਾ ਬਾਅਦ ਵਿੱਚ ਐਵੇਂ ਚੋਰਾ ਖਾਏਗਾ ਫਿਰ ਮੈਂ ਇਧਰ ਨੂੰ ਆ ਗਿਆ ਕਿ ਸ਼ਕਲ ਦਿੱਤੀ ਤੁਹਾਡੀ ਵਰਤਲੋ ਫਿਰ ਮੈਂ ਕਰੈਕਟਰ ਆਪਣੇ ਮੈਂ ਆਪਣੇ ਆਪ ਨੂੰ ਜਿਹੜੀਆਂ ਮੇਰੀਆਂ ਫੋਟਮਾਂ ਸੀਆਂ ਜਦੋਂ ਮੈਂ ਕਿਸੇ ਨੂੰ ਪੁੱਛਦਾ ਸੀ ਮੈਂ ਤੁਹਾਡੀਆਂ ਫੋਟੋਆਂ ਖਿੱਚਣੀ ਐਵੇਂ ਖਿੱਚਣੀਆਂ ਤੁਸੀਂ ਆਹ ਕਰੈਕਟਰ ਕਰੋਗੇ ਉਹ ਨਹੀਂ ਕਰਦੇ ਸੀਗੇ ਨਾ ਮਿਲਦੀ ਸੀਗੀ ਫਿਰ ਮੈਂ ਆਪਣੇ ਆਪ ਨੂੰ ਯੂਜ਼ ਕਰਨਾ ਸ਼ੁਰੂ ਕਰਦਾ ਦਾੜੀ ਬਦਾਲ ਲਈ ਮੁੱਛਾਂ ਰੱਖ ਲਈਆਂ ਦਸਤਾਰ ਬਨ ਲਈ ਹਨਾ ਕੁੜਤਾ ਜਾਦਰਾ ਪਾ ਲਿਆ ਤਾਂ ਉਹ ਉਹ ਮੈਨੂੰ ਲੈ ਕੇ ਅੱਗੇ ਆ ਗਿਆ ਫਿਰ ਤੁਸੀਂ ਆਪਣੀ ਫੋਟੋ ਬਈ ਕਿਵੇਂ ਖਿੱਚਦੇ ਸੀਗੇ ਫਿਰ ਉਹ ਜਿਹੜਾ ਮੇਰੇ ਹੱਥ ਲੱਗ ਜਾਂਦਾ ਬਲਾ ਬਲਾ ਲਾਂਦਾ ਸੀ ਜਦੋਂ ਮੈਂ ਆਪਣੀ ਮੰਮੀ ਤੋਂ ਵੀ ਖਚਾਈ ਆ ਮੰਮੀ ਨੂੰ ਕੈਮਰਾ ਸੈੱਟ ਕਰਕੇ ਲਾਤ ਵੀ ਮਾਤਾ ਆ ਬਟਨ ਦੱਬਣਾ ਵਸ